ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ ਹਾਜ਼ਰ ਹਾਂ ਲੈ ਕੇ ਸਾਡੀ ਖਾਸ ਪੇਸ਼ਕਸ਼ ਕੈਪਟਨ ਸਰਕਾਰ 3 ਸਾਲ ਦਾ ਰਿਪੋਰਟ ਕਾਰਡ ਤੇ। ਅੱਜ ਜਿਸ ਮੁੱਦੇ ਤੇ ਚਰਚਾ ਕਰਾਂਗੇ ਉਹ ਮੁੱਦਾ ਨਸ਼ਾ ਦਾ ਹੈ ਤੇ ਨਸ਼ਾ ਜਿੱਦਾਂ ਨੌਜਵਾਨਾਂ ਦੀ ਨਸਾਂ ਦੇ ਵਿੱਚ ਘੁਲਦਾ ਜਾ ਰਿਹਾ ਹੈ, ਇਸਦਾ ਹੱਲ ਕਰਨਾ ਯਕੀਨੀ ਤੌਰ ਤੇ ਲਾਜ਼ਮੀ ਹੈ ਤੇ ਇਸ ਵੇਲੇ ਅਹਿਮ ਚਿੰਤਾ ਦਾ ਵਿਸ਼ਾ ਇਹੀ ਹੈ ਪੰਜਾਬ ਦੇ ਲਈ, ਹਰ ਪੰਜਾਬੀ ਦੇ ਲਈ ਤੇ ਪੰਜਾਬ ਸਰਕਾਰ ਦੇ ਲਈ ਵੀ। ਇਹੀ ਕਾਰਨ ਹੈ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਤੇ ਅੱਜ ਵੀ ਸਰਕਾਰ ਇਸ ਦੇ ਲਈ ਵਚਨਬੱਧ ਹੈ। ਸਰਕਾਰ ਦੀ ਵਚਨਬੱਧਤਾ ਇਸੇ ਤੋਂ ਜ਼ਾਹਰ ਹੈ ਕਿ ਚੋਣ ਮੈਨੀਫੈਸਟੋ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਇੱਕ ਅਹਿਮ ਵਾਅਦਾ ਸੀ ਜਿਸ ਨੂੰ ਨਿਭਾਉਣ ਦੇ ਲਈ ਯਤਨ ਵੀ ਲਗਾਤਾਰ ਕੀਤੇ ਜਾ ਰਹੇ ਨੇ, ਪਰ ਇਹ ਯਤਨ ਕੀ ਜ਼ਮੀਨੀ ਪੱਧਰ ਤੇ ਕਾਰਗਰ ਸਿੱਧ ਹੋ ਰਹੇ ਨੇ? ਇਸ ਤੇ ਅੱਜ ਚਰਚਾ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਦੇ ਯਤਨ ਕਿੰਨਾ ਕੁ ਰੰਗ ਲਿਆ ਰਹੇ ਨੇ। ਪਰ ਉਸ ਤੋਂ ਪਹਿਲਾਂ ਪੇਸ਼ ਹੈ ਇੱਕ ਰਿਪੋਰਟ। We have set up, ਤੁਹਾਨੂੰ ਪਤਾ ਹੈ ਕਿ ਆਪਣਾ STF ਅਸੀਂ set up ਕੀਤੀ ਹੈ, it is working very well. They have over 1000 personnel in it, ਜਿਹੜਾ ਇਸ ਕੰਮ ਨੂੰ ਖਤਮ ਕਰਨ ਦੀ ਪੂਰੇ ਲੱਗੇ ਹੋਏ ਨੇ। ਹਾਰੇਗਾ ਨਸ਼ਾ, ਜਿੱਤੇਗਾ ਪੰਜਾਬ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਇਹ ਦਾਅਵਾ ਅੱਜ ਕਈਆਂ ਨੂੰ ਉਮੀਦ ਦਿੰਦਾ ਹੈ। ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨ, ਨਸ਼ਾ ਪੀੜਿਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਤੇ ਹਰ ਉਹ ਪੰਜਾਬੀ ਜੋ ਪੰਜਾਬ ਦੇ ਦਾਮਨ ਤੇ ਲੱਗੇ ਇਸ ਦਾਗ ਨੂੰ ਧੋਣਾ ਚਾਹੁੰਦਾ ਹੈ ਤੇ ਸਰਕਾਰ ਵੱਲੋਂ ਵੀ ਇਹਨਾਂ ਦਾਅਵਿਆਂ ਨੂੰ ਹਕੀਕੀ ਜਾਮਾ ਪਹਿਨਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤੇ ਇਹਨਾਂ ਯਤਨਾਂ ਦੇ ਵੇਰਵੇ ਦੀ ਗੱਲ ਕੀਤੀ ਜਾਏ ਤਾਂ ਨਸ਼ਿਆਂ ਦੇ ਖਿਲਾਫ਼ ਸਰਕਾਰ ਦੀ EDP ਰਣਨੀਤੀ, ਡਰੱਗਸ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਦੇ ਲਈ SDF ਦਾ ਗਠਨ, NDPS ਐਕਟ ਤਹਿਤ 34,373 ਮਾਮਲੇ ਦਰਜ ਕੀਤੇ ਗਏ, 42,571 ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਗਈ ਤੇ ਇਸੇ ਦੌਰਾਨ 974 ਕਿਲੋ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ। ASP ਤੇ DSP ਸਣੇ 23 ਪੁਲਿਸ ਮੁਲਾਜ਼ਮ ਤੱਕ ਕਾਬੂ ਕੀਤੇ ਗਏ। ਨਸ਼ੇ ਦੀ ਸਪਲਾਈ ਦੇ ਵਿੱਚ 50% ਦੀ ਕਟੌਤੀ ਹੋਈ ਹੈ। ਸਰਕਾਰ ਨੇ ਡੈਪੋ ਪ੍ਰੋਗਰਾਮ ਚਲਾਇਆ ਜਿਸ ਦੇ ਨਾਲ ਕਰੀਬ 5,36,000 ਵਲੰਟੀਅਰ ਜੁੜੇ। ਸਕੂਲ ਤੇ ਕਾਲਜਾਂ ਦੇ ਲਈ ਬੱਡੀ ਪ੍ਰੋਗਰਾਮ ਚਲਾਇਆ ਗਿਆ। ਡਰੱਗਸ ਦੇ ਇਸ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਹੁਣ ਤੱਕ 7,61,000 ਗਰੁੱਪ ਬਣਾਏ ਜਾ ਚੁੱਕੇ ਨੇ। ਨਸ਼ਾ ਪੀੜਤਾਂ ਦੇ ਲਈ 193 ਓਟ ਕਲੀਨਿਕਸ ਖੋਲ੍ਹੇ ਗਏ ਤੇ ਹੁਣ ਤੱਕ 2,50,000 ਪੀੜਤਾਂ ਦਾ ਇਲਾਜ ਹੋ ਚੁੱਕਿਆ। ਪੰਜਾਬ ਅੰਦਰ ਹੁੱਕਾ ਬਾਰ ਵੀ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੇ ਗਏ ਨੇ। ਹੋਰ ਤੇ ਹੋਰ ਸਰਹੱਦੀ ਨਾਕਿਆਂ ਤੇ ਵੀ ਵਾਈਫਾਈ CCTV ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਜਿੱਥੇ ਮੁੱਖ ਮੰਤਰੀ ਲਗਾਤਾਰ ਇਸ ਨਸ਼ੇ ਨੂੰ ਪੰਜਾਬ ਤੋਂ ਖਦੇੜਨ ਦੀ ਗੱਲ ਕਰਦੇ ਨੇ, ਉੱਥੇ ਹੀ ਇਹਨਾਂ ਦਾਅਵਿਆਂ ਦੀ ਪੁਸ਼ਟੀ ਕਰਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਨਜ਼ਰ ਆਏ। ਉਹਨਾਂ ਨੇ ਸਾਨੂੰ ਕਿਹਾ ਸੀ ਸਾਨੂੰ ਤੁਸੀਂ ਜੀ ਇਹ ਹੋਰ ਖੜਾ ਦਿਓ, ਸਾਡੇ ਵਾਸਤੇ ਵਰਦਾਨ ਸਾਬਤ ਹੋ ਗਿਆ, ਸਾਡੇ ਬੱਚੇ ਵੀ ਬਚ ਗਏ, ਸਾਡਾ ਘਰ ਵਾਲਾ ਵੀ ਕੰਮ ਕਰਨ ਲੱਗ ਗਿਆ, ਸਾਡੇ ਘਰ ਰੋਟੀ ਪੱਕਣ ਲੱਗ ਗਈ। ਅਤੇ ਉਹ ਚੀਜ਼ ਜਿਹੜੀ ਹੈਗੀ ਆ, ਦੇਖੋ ਇੱਕ ਬੰਦਾ, ਆਪਾਂ ਕਿਸਾਨ ਹੈਗੇ, ਕਿਸਾਨੀ ਦੇ ਵਿੱਚ ਕਈ ਇਹੋ ਜਿਹੇ ਜਿਹੜੇ ਖੇਤਾਂ ਨਦੀਨ ਹੁੰਦੇ ਨੇ ਜਿਹਨਾਂ ਨੂੰ ਮਾਰਨ ਲੱਗਾ, ਸਾਡੇ ਬਜ਼ੁਰਗਾਂ ਦੀ ਵੀ ਉਮਰ ਲੰਘ ਗਈ, ਸਾਡੀ ਵੀ ਲੰਘ ਗਈ, ਪਰ ਲੇਕਿਨ ਉਹ ਹਾਲ ਤੱਕ ਵੀ ਕੋਈ ਨਾ ਕੋਈ ਉਹਦੇ 'ਚ ਬੂਟਾ ਬਚ ਜਾਂਦਾ, ਪਰ ਅਸੀਂ ਇਹ ਸਾਡੇ ਯਤਨ ਬਹੁਤ ਸਿਰ ਤੋੜ ਕਰ ਰਹੇ ਹਾਂ ਅਸੀਂ। ਸੋ ਪੰਜਾਬ ਦੇ ਇਹਨਾਂ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਨਸ਼ਾ ਸਾਡੇ ਨੌਜਵਾਨਾਂ ਦੀਆਂ ਨਸਾਂ 'ਚ ਇਸ ਕਦਰ ਘੁਲ ਚੁੱਕਿਆ ਸੀ ਕਿ ਲੱਗਦਾ ਸੀ ਕਿ ਕਦੇ ਅਲੈਦਾ ਹੀ ਨਹੀਂ ਹੋ ਪਾਏਗਾ, ਲੱਗਦਾ ਸੀ ਕਿ ਸਾਡੇ ਦਾਮਨ ਤੇ ਲੱਗਿਆ ਇਹ ਦਾਗ ਕਦੇ ਧੁੱਲ ਹੀ ਨਹੀਂ ਪਾਏਗਾ। ਤੇ ਹਨੇਰੇ ਤੋਂ ਸਵੇਰ ਵੱਲ ਤੱਕ ਦੇ ਆਪਣੇ ਇਸ ਸਫ਼ਰ ਨੂੰ ਨਸ਼ਾ ਪੀੜਤਾਂ ਨੇ ਕਿਸ ਤਰ੍ਹਾਂ ਸਾਂਝਾ ਕੀਤਾ ਉਹ ਵੀ ਸੁਣਦੇ ਹਾਂ। ਦਵਾਈ ਥਾਂ ਦਵਾਈ ਮਿਲਦੀ ਆ, ਰੋਟੀ ਥਾਂ ਰੋਟੀ ਮਿਲਦੀ ਆ, ਰਹਿਣ ਸਹਿਣ ਵਧੀਆ, ਸਰਕਾਰੀ ਡਿਰੈਕਸ਼ਨ ਹੈ, ਸਰਕਾਰਾਂ ਨੂੰ ਬਹੁਤ ਸਹੂਲਤਾਂ ਹੈ, ਬਹੁਤ ਵਧੀਆ ਲੱਗਦਾ ਹੈ।
ਬਾਕੀ ਤੁਸੀਂ ਮੇਰੇ ਵੀਰ ਭਰਾ ਇੱਥੇ ਆਓ ਅਤੇ ਨਸ਼ਾ ਛੱਡੋ। ਕੋਰਟ ਨੇ ਕੋਈ ਪੈਸਾ ਨਹੀਂ, ਇੱਥੇ ਫ੍ਰੀ ਸਭ ਕੁਛ। ਬਹੁਤ ਵਧੀਆ ਜੀ, ਨਸ਼ੇ ਨਾਲੋਂ ਜਿਹੜਾ ਬਾਹਰੋਂ ਨਸ਼ਾ ਕਰਦੇ ਸੀ ਉਹਦੇ ਨਾਲੋਂ ਬਹੁਤ ਵਧੀਆ ਜੀ। ਠੀਕ ਹੈ, ਟੋਕੇ ਵੀ ਅੱਗੇ ਲਾਉਂਦਾ ਜੀ, ਹੁਣ ਬਹੁਤ ਵਧੀਆ ਇਹਦੇ ਨਾਲ ਸਰੀਰ ਸੈੱਟ। ਸੋ ਇਹ ਤੁਸੀਂ ਉਹਨਾਂ ਨੌਜਵਾਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣੀ ਜੋ ਅੱਜ ਇਸ ਦਲਦਲ ਦੇ ਵਿੱਚੋਂ ਨਿਕਲ ਚੁੱਕੇ ਨੇ ਜਾਂ ਫਿਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਸਰਕਾਰ ਦੇ ਅਣਥਕ ਯਤਨਾਂ ਦੇ ਚੱਲਦਿਆਂ ਯਕੀਨੀ ਹੈ ਕਿ ਇਸ ਨਸ਼ੇ ਦੀ ਰੀੜ੍ਹ ਦੀ ਹੱਡੀ ਤਾਂ ਟੁੱਟੀ ਹੋਈ ਹੈ, ਅਤੇ ਸਰਕਾਰ ਦਾ ਦਾਅਵਾ ਵੀ ਹੈ ਕਿ ਹੁਣ ਇਸ ਨੂੰ ਜੜੋਂ ਖਤਮ ਕੀਤਾ ਜਾਏਗਾ। ਉਮੀਦ ਹੈ ਕਿ ਸਰਕਾਰ ਦਾ ਇਹ ਦਾਅਵਾ ਬਹੁਤ ਜਲਦ ਜ਼ਮੀਨੀ ਪੱਧਰ 'ਤੇ ਵੀ ਨਜ਼ਰ ਆਏਗਾ।